ਅਸੀਂ ਤੁਹਾਨੂੰ ਦਾਵਾ ਕਰਦਾ ਜਿਹਦੇ ਕਿਸੇ ਚ ਉੱਥੇ ਦਮ ਹੋਇਆ ਤਾਂ ਸਾਨੂੰ ਰੋਕ ਲਓ ਅਸੀਂ ਕਰਾਂਗੇ ਗਾਣਾ 5 ਰੁਪਏ ਤੋਂ ਲੈਣੇ ਨਹੀਂ ਸਾਨੂੰ ਕੋਈ ਇਹਦਾ ਲਾਲਚ ਨਹੀਂ ਅਸੀਂ ਇਹ ਤੋਂ ਕੁਛ ਨਹੀਂ ਖਾਣਾ ਖੱਟਣਾ ਮਾੜਾ ਮੋਟਾ ਛੰਗ ਸਰ ਮੰਨੋ ਤੁਸੀਂ ਭੈ ਜੋ ਲਾਲਚੀ ਲੋਕ ਹੋਏ ਪਿਓ ਐਡੇ ਫੁੱਦੂ ਲੋਕ ਹੋ ਤੁਸੀਂ ਜੇ ਭੈਣਾ ਇਨਸਾਨ ਨਹੀਂ ਤਾਂ ਤੁਹਾਡੇ ਚ ਹੈ ਹੀ ਨਹੀਂ ਜਮੀ ਹੈ ਨਹੀਂ ਇਨਸਾਨੀਅਤ ਕਿਸੇ ਲੋਕਾਂ ਦੇ ਵਿੱਚ ਇਹਦੇ ਨਾਲ ਠੱਗੀ ਕੀਤੀ ਹੈ ਇਹਦੇ ਨਾਲ ਬਹੁਤ ਨਜਾਇਜ਼ ਕੀਤੀ ਹੈ ਜੇ ਮੇਰੀ ਗੱਲ ਉਹਨਾਂ ਦੇ ਕੰਨ ਤਾਈਂ ਪਹੁੰਚਦੀ ਹੈ ਤੇ ਉਹ ਇਸ ਸਮੇਂ ਲੈਣਾ ਵੀ ਅੱਜ ਤੋਂ ਬਾਅਦ ਜੇ ਇਹਨੂੰ ਕੋਈ ਧਮਕੀ ਸ਼ਮਕੀ ਦਿੱਤੀ ਤਾਂ ਫਾਇਲ ਗਾ ਲਿਆ ਕੇ ਤੇ ਲੰਮੇ ਪਾ ਕੇ ਬਤਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤ ਸਿਆਂ ਅਤੇ ਇੱਧਰ ਬਾਪੂ ਜੀ ਸੰਗਦਲ 47 ਅਤੇ ਸੋਨੀ ਇੱਧਰ ਤੁਸੀਂ ਜਾਣਦੇ ਹੋ ਕੋਈ ਦੱਸਣ ਦੀ ਲੋੜ ਨਹੀਂ ਰਾਮੇ ਬਾਰੇ ਅਤੇ ਅਸੀਂ ਅੱਜ ਪਹੁੰਚੇ ਹਾਂ ਰਾਮੇ ਦੇ ਪਿੰਡ ਰਾਮਕੋਟ ਸਾਰੇ ਜਣੇ ਇੱਕ ਤੁਹਾਡੇ ਨਾਲ ਦਰਦ ਸ਼ੇਅਰ ਕਰਨ ਲਈ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਰਾਮੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ ਅਤੇ ਅੱਜ ਖੇਤਾਂ ਦੇ ਵਿੱਚ ਰਾਮਾ ਜਿੱਦਾਂ ਪਹਿਲਾਂ ਦਿਹਾੜੀਆਂ ਕਰਦਾ ਸੀ ਅਤੇ ਅੱਜ ਵੀ ਉਹੀ ਹੈ ਕੰਡੀਸ਼ਨ ਉਦੋਂ ਮਾੜੀ ਹੈ ਚੰਗੀ ਨਹੀਂ ਉਦੋਂ ਮਾੜੀ ਹੈ ਇਹ ਸੱਚ ਹੈ ਅਤੇ ਕਿਸੇ ਕੰਪਨੀ ਕੋਲ ਇਹ ਬਾਉਂਡ ਹੋਇਆ ਸੀ ਨਾਮ ਤਾਂ ਉਹਦਾ ਲੈਣਾ ਨਹੀਂ ਚਾਹੁੰਦੇ ਕਿਸੇ ਕੰਪਨੀ ਨੇ ਬਾਉਂਡ ਕੀਤਾ ਉਹਨੂੰ ਬਾਉਂਡ ਕਰਕੇ ਉਹਨਾਂ ਨੇ ਕੀਤਾ ਕਿ ਯੂਟਿਊਬ 'ਤੇ ਉਦੋਂ ਬਾਅਦ ਇਹਦੀਆਂ ਡਰਮੀਆਂ ਵਾਲੇ ਵਿਊ ਆ ਜਾਂਦੇ ਨੇ ਉਹ ਸੜੇ ਜਿਹੇ ਗਾਣੇ ਕਰੀ ਜਾਂਦੇ ਨੇ ਵੀ ਤੁਸੀਂ ਜੇ ਕਰਨਾ ਚੱਜ ਦਾ ਤਾਂ ਗਾਣਾ ਕਰੋ ਵਿਚਾਰੇ ਦਾ ਤੁਸੀਂ ਐਡਾ ਵਧੀਆ ਪੰਜਾਬ ਦਾ ਟੈਲੈਂਟ ਤੁਸੀਂ ਜਮ੍ਹਾਂ ਰੋਲ ਲਿਆ ਪਿਆ ਇਹ ਉਹ ਵੀ ਫਿਰ ਅੱਜ ਖੇਤਾਂ ਦੇ ਵਿੱਚ ਹੀ ਰੋਲਦਾ ਫਿਰਦਾ ਠੀਕ ਹੈ ਅਤੇ ਬਾਕੀ ਬਾਪੀ ਕੋ ਕਹਿਣਾ ਕੁਛ ਨਹੀਂ ਇੱਕ ਤਾਂ ਇਹਦਾ ਕੀਤਾ ਕੁਛ ਨਹੀਂ ਵਿਚਾਰੇ ਦਾ ਉੱਪਰ ਮੈਂ ਸੁਣਿਆ ਦੱਸਦਾ ਕਹਿੰਦਾ ਧਮਕੀਆਂ ਦਿੰਦੇ ਨੇ ਸਰ ਧਮਕੀਆਂ ਹੋਰ ਦਿੰਦੇ ਆ ਤੁਸੀਂ ਜਿਹੜੇ ਵਾਸਤੇ ਕੀਤਾ ਉਹ ਤਾਂ ਇਹਨੂੰ ਸਾਹਮਣੇ ਲੈ ਕੇ ਆਓ ਹਾਲਤ ਜਦੋਂ ਦੇਖ ਕੇ ਤਰਸ ਆਉਂਦਾ ਵੀ ਉਹ ਜੀ ਇੱਕ ਸਾਲ ਦੇ ਵਿੱਚ ਜਿੱਥੇ ਤੱਕ ਇੰਪਰੂਵਮੈਂਟ ਹੋਣੀ ਸੀਗੀ ਉਹਦੇ ਨਾਲ ਵੀ ਵਿਚਾਰੀ ਦੀ ਹਾਲਤ ਮਾੜੀ ਸਾਡੇ ਕਹਿਣਦੇ ਨਹੀਂ ਬਾਕੀ ਦੇ ਮੂੰਹੋਂ ਸੁਣ ਲਓ ਤੁਸੀਂ ਰਾਮੇ 10 ਕੋਲ ਯਾਰ ਆਪ ਵੇਖੀ ਜਾਂਦੇ ਤੁਸੀਂ ਹਾਲਾਤ ਨੂੰ ਪਹਿਲਾਂ ਵੀ ਇੰਟਰਵਿਊਆਂ ਦੇ ਵਿੱਚ ਵੀ ਮੈਂ ਦੱਸ ਚੁੱਕਿਆ ਆਪਾਂ ਜਿੱਥੇ ਪਹਿਲਾਂ ਸੀ ਉੱਥੇ ਹੀ ਹੋਣਾ ਵੀ ਤਿਆਰੀਆਂ ਮੈਂ ਕਿੰਨੀਆਂ ਕਰਨੀਆਂ ਚੱਪਲਾਂ ਵੀ ਭਾਵੇਂ ਪੂਰੀਆਂ ਘੈਂਟ ਹੈ ਲਿਬੜੇ ਦੇ ਪੈਰ ਵਿਚਾਰੇ ਦੇ ਬਾਕੀ ਤੁਸੀਂ ਦੇ ਸਕਦੇ ਹੋ ਲੱਗਦਾ ਹੁਣ ਦੱਸਦਾ ਉਹਨਾਂ ਨੇ 10 ਲੱਖ ਰੁਪਏ ਦੇ ਉੱਤੇ ਲਾਇਆ ਕੰਪਨੀ ਵਾਲੇ ਕਹਿ ਰਹੇ ਤੁਸੀਂ 10 ਲੱਖ ਰੁਪਏ ਦੇ ਉੱਤੇ ਲਾਇਆ ਹਾਂ 10 ਲੱਖ ਰੁਪਇਆ ਲਾਦਾ ਅਸੀਂ 10 ਲੱਖ ਰੁਪਇਆ ਰਾਮੇ ਦੇ ਵਿਚਾਰੇ ਦੇ ਕਿਤੇ ਲੱਗਿਆ ਦੇਣਾ ਨਹੀਂ ਜਿੰਨਾ ਕੁ ਸਾਥ ਤੋਂ ਹੁੰਦਾ ਅਸੀਂ ਰਾਮੇ ਦੇ ਨਾਲ ਖੜੇ ਹਾਂ ਕੰਪਨੀ ਉਹਦਾ ਖਿਹੜਾ ਛਡਾਵਾਂਗੇ ਬਾਈ ਇਹ ਚੈਲੇਂਜ ਆ ਕੰਪਨੀ ਵਾਲਿਆਂ ਨੂੰ ਮੈਂ ਸਪਸ਼ਟ ਕਹਿੰਦਾ ਇਹਦਾ ਆਊਗਾ ਅਸੀਂ ਗਾਣਾ ਕਰ ਰਹੇ ਹਾਂ ਇਹਦਾ ਅਸੀਂ ਗਾਣਾ ਕਰਾਂਗੇ ਅਸੀਂ ਰਿਲੀਜ਼ ਵੀ ਕਰਾਂਗੇ ਜਿਹਦੀ ਉੱਥੇ ਦਮ ਹੋਇਆ ਜੇ ਪਰਮਾਤਮਾ ਨੇ ਚਾਹੇ ਤਾਂ ਇੱਕ ਸਾਲ ਬਾਅਦ ਉਹਦੀ ਹਾਲਤ ਦੇਖ ਲਓ ਹਾਲਤ ਦੇਖ ਲਿਓ ਅਤੇ ਇਹ ਵੀ ਤੁਹਾਨੂੰ ਦਾਅਵਾ ਕਰਦਾ ਜਿਹਦੇ ਕਿਸੇ 'ਚ ਉੱਥੇ ਦਮ ਹੋਇਆ ਤਾਂ ਸਾਨੂੰ ਰੋਕ ਲਿਓ ਅਸੀਂ ਕਰਾਂਗੇ ਗਾਣਾ 5 ਰੁਪਏ ਤੋਂ ਲੈਣੇ ਨਹੀਂ ਸਾਨੂੰ ਕੋਈ ਇਹਦਾ ਲਾਲਚ ਨਹੀਂ ਅਸੀਂ ਇਹ ਤੋਂ ਕੁਛ ਨਹੀਂ ਖਾਣਾ ਖੱਟਣਾ ਜਿਹੜੇ ਪੈਸੇ ਆਉਣਗੇ ਜਿਵੇਂ ਇਹਨਾਂ ਦੇ ਘਰੇ ਜਾਂਦੇ ਆ ਰਾਮੇ ਦੇ ਵੀ ਆਉਣਗੇ ਪਰ ਮੈਂ ਇਹ ਕਹਿੰਦਾ ਵੀ ਅਸੀਂ ਕਰਾਂਗੇ ਗਾਣਾ ਅਸੀਂ ਤੁਹਾਡੇ ਵਾਂਗੂ ਗੱਲਾਂ ਨਹੀਂ ਮਾਰਦੇ ਤੁਹਾਨੂੰ ਕਰਕੇ ਦਿਖਾਵਾਂਗੇ ਆ ਇੱਕ ਮਹੀਨੇ ਦੇ ਵਿੱਚ ਰਾਮੇ ਦਾ ਗਾਣਾ ਆਊਗਾ ਤੇ ਤੁਸੀਂ ਦੇਖੋ ਵੀ ਕਿਹੜੇ ਹਿਸਾਬ ਨਾਲ ਆਉਂਦਾ ਨਾਲੇ ਹੋਰ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਇਹੋ ਜਿਹੇ ਘੁਸਪੈਠੀਏ ਤੇ ਜਿਗਾੜੀ ਲੋਕਾਂ ਤੋਂ ਬਚੋ ਬਚੋ ਜਿਹੜੇ ਸਿਰਫ ਉਹ ਵਹਿੰਦੇ ਫਿਰਦੇ ਆ ਜਿਹੜਾ ਬੰਦਾ ਐਕਟਿਵ ਆ ਸੋਸ਼ਲ ਸੈਟਾਂ ਤੇ ਉਹਨੂੰ ਚੱਕ ਕੇ ਉਹਦੀ ਪਬਲਿਸਿਟੀ ਦਾ ਫਾਇਦਾ ਲੈਣਾ ਚਾਹੁੰਦੇ ਆ ਹੋਰ ਕੋਈ ਮਤਲਬ ਨਹੀਂ ਦਾ ਕਿਸੇ ਨੇ ਕੁਛ ਨਹੀਂ ਕਰਨਾ ਜਿਉਂਦਾ ਜਾਗਦਾ ਉਦਾਹਰਨ ਤੁਹਾਡੇ ਸਾਹਮਣੇ ਅਸਲ ਦੇ ਵਿੱਚ ਜਿਹੜਾ ਕੁਛ ਇਹਦੇ ਨਾਲ ਹੋਣਾ ਚਾਹੀਦਾ ਸੀ ਉਹ ਹੋਇਆ ਨਹੀਂ ਕੰਪਨੀ ਨੇ ਕੀਤਾ ਨਹੀਂ ਵਾਅਦਿਆਂ ਤੋਂ ਮੁੱਕਰੀ ਚਲੋ ਧਮਕੀਆਂ ਦੇਈ ਜਾਂਦੇ ਆ ਰਾਮੇ ਨੂੰ ਪਤਾ ਹੀ ਆ ਰਾਮੇ ਨੇ ਦੱਸਿਆ ਵੀ ਫੋਨ ਕਾਲਾਂ ਆਉਂਦੀਆਂ ਕਹਿੰਦਾ ਮੈਨੂੰ ਆਉਂਦੀਆਂ ਰਾਮੇ ਤੈਨੂੰ ਫੋਨ ਕਾਲਾਂ ਫੋਨ ਕਰਦੇ ਜਾਂਦੇ ਸੀ ਮੈਂ ਕਰਾਂਗੇ ਜੋ ਮਰਜ਼ੀ ਕਰੋ ਯਾਰ ਬਾਈ ਕਰੋ ਯਾਰ ਅਸੀਂ ਨਾਲ ਆ ਕਰੋ ਜਿਹਨੇ ਕੁਛ ਕਰਨਾ 8 ਮਹੀਨੇ ਇਹਨੂੰ ਵਿਚਾਰਾ ਜਿੱਥੇ ਕੰਮ ਕਰਦਾ ਸੀ ਉਹਦੇ ਤੋਂ ਵੀ ਰੋਕੀ ਰੱਖਿਆ ਵਾਪਸ ਜਿਵੇਂ ਆਇਆ ਉਸ ਜ਼ਮੀਨਦਾਰ ਦੇ ਸੇਠ ਤੇ ਮਿੰਤਾ ਕਰਕੇ ਰਿਆ ਦੁਬਾਰੇ ਵਿਚਾਰਾ ਸੇਠ ਸਾਹਿਬ ਯਾਰ ਸਾਨੂੰ ਮਿਲੇ ਕੋਲੇ ਹੀ ਬੈਠੇ ਸੀਗੇ ਅੱਜ ਇੱਥੇ ਬੈਠੇ ਨੇ ਤੇ ਸੇਠ ਸਾਹਿਬ ਨੇ ਆਪ ਸਾਨੂੰ ਦੱਸਿਆ ਵੀ ਅਸੀਂ ਕਿਉਂਕਿ ਉਹਨਾਂ ਦੀ ਖੇਤੀ ਵੱਡੀ ਹੈ 100-150 ਕਿੱਲੇ ਦੀ ਪੈ ਰਹੀ ਆ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਇਹ ਗਿਆ ਜਦੋਂ ਸਾਡਾ ਕੰਮ ਦਾ ਪੂਰਾ ਭਜਿੱਕੜ ਪਿਆ ਹੋਇਆ ਸੀ ਕਿਉਂਕਿ ਮੇਨ ਬੰਦਾ ਜਦੋਂ ਚਲਿਆ ਜਾਂਦਾ ਕੰਮ 'ਚ ਤੁਹਾਨੂੰ ਵੀ ਪਤਾ ਹੋ ਜਾਂਦਾ ਅਤੇ ਦੁਬਾਰਾ ਕੋਈ ਬੰਦਾ ਜਦੋਂ ਭੱਜ ਜਾਂਦਾ ਕੰਮ ਤੋਂ ਉਹਨੂੰ ਨਹੀਂ ਰੱਖਦਾ ਪਰ ਉਹਨਾਂ ਨੇ ਫਿਰ ਵੀ ਇਹਦੇ ਪਰਿਵਾਰ ਬਾਰੇ ਇਹਨਾਂ ਨੇ ਤਾਂ ਸੋਚ ਲਿਆ ਪਰ ਆ ਸਾਲੇ ਕੰਪਨੀ ਵਾਲੇ ਕਿਸੇ ਨੇ ਨਹੀਂ ਸੋਚਿਆ ਵੀ ਹਾਂ ਯਾਰ ਇਹਦਾ ਪਰਿਵਾਰ ਇਹਦੇ ਬੱਚੇ ਨਹੀਂ ਨਿਗੇ ਨਿਗੇ ਉਹ ਸਾਲੇ ਭੁੱਖੇ ਮਰਦੇ ਇਹਦੇ ਜਵਾਕ ਭੈਣ 'ਚੋਂ ਘਰ ਜਾ ਕੇ ਦੇਖ ਲਓ ਇਹਦਾ ਕਿਹੋ ਜਿਹਾ ਮਾੜਾ ਮੋਟਾ ਛੰਗ ਸਰ ਮੰਨੋ ਤੁਸੀਂ ਭੈਣ 'ਚੋਂ ਲਾਲਚੀ ਲੋਕ ਹੋਏ ਪਿਓ ਐਡੇ ਫੁੱਦੂ ਲੋਕ ਹੋ ਤੁਸੀਂ ਜੇ ਭੈਣਾ ਇਨਸਾਨੀਅਤ ਤੁਹਾਡੇ 'ਚ ਹੈ ਹੀ ਨਹੀਂ ਜਮੀ ਹੈ ਨਹੀਂ ਇਨਸਾਨੀਅਤ ਕਿਸੇ ਲੋਕਾਂ ਦੇ ਵਿੱਚ ਮਰ ਗਈ ਤੁਹਾਡੇ ਵਰਗੇ ਲੋਕਾਂ ਤੋਂ ਲੋਕ ਤੰਗ ਹੋ ਕੇ ਡਰਦੇ ਨੇ ਲੋਕ ਵੀ ਯਾਰ ਅਸੀਂ ਆਹ ਕੰਮ ਨਾ ਕਰ ਲਈਏ ਅਸੀਂ ਆਹ ਕੰਮ ਨਾ ਕਰ ਲਈਏ ਬਾਕੀ ਭਰਾਵੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਸਪੋਰਟ ਕਰੋ ਰਾਮੇ ਦੀ ਵੀਰੇ ਦੀ ਦੱਬ ਕੇ
ਅਸੀਂ ਇਹਦੇ ਨਾਲ ਆ, ਅਸੀਂ ਇਹਦਾ ਗਾਣਾ ਕਰ ਰਹੇ ਹਾਂ ਰਾਮੇ ਦਾ, ਬਹੁਤ ਘੈਂਟ ਕਰ ਰਹੇ ਹਾਂ, ਕੱਲੇ ਦਾ ਗਾਣਾ ਆਊਗਾ ਤੇ ਬਹੁਤ ਘੈਂਟ ਆਊਗਾ ਰਾਮੇ ਦਾ, ਜੋ ਸਾਡੇ ਵਾਸ ਅਸੀਂ ਕਰਾਂਗੇ। ਬਾਕੀ ਸੱਜਣਾ ਮਿੱਤਰਾਂ ਨੂੰ ਸਾਡੀ ਹੱਥ ਬੰਨ ਕੇ ਅਪੀਲ ਆ ਤੇ ਬੇਨਤੀ ਆ ਵੀ ਇਸ ਵਿੱਚ ਗਰੀਬ ਦੀ ਇਹਦੀ ਸਪੋਰਟ ਕਰੋ ਬਾਈ, ਜਿੰਨੀ ਕਰ ਸਕਦੇ ਆ ਸਹਿਯੋਗ ਦੇਵੋ, ਗਰੀਬ ਦੀ ਹੈਲਪ ਕਰੋ ਯਾਰ। ਆਪਣੇ ਪੰਜਾਬ ਦਾ ਟੈਲੈਂਟ ਕਿੱਥੇ ਰੁਲਿਆ ਪਿਆ ਬਾਈ ਯਾਰ, ਸਪੋਰਟ ਕਰੋ ਸਾਰੇ ਜਾਣੇ। ਅੱਜ ਵੀ ਵਿਚਾਰਾ ਫਿਰ ਵੀ ਉਹੀ ਆ ਕੁਛ, ਰਾਮੇ ਸੁਣਾ ਦੇ ਮਾੜਾ ਜਿਹਾ ਕੁਛ ਸੁਣ, ਲੋਕਾਂ ਨੇ ਉਹੀ ਸੁਣਾ ਦੇ, ਮੁੰਡਾ ਦੱਬ ਲਿਆ ਕਬੀਲਾ ਨੀ, ਮੈਂ ਗਾਹ ਚ ਗਾਉਂਦਾ ਆਉਂਦਾ ਜੀ, ਦਰਦੀ ਸੁਣਾ ਦੇ, ਦਰਦੀ ਸੁਣਾ ਦੇ ਬਸ। ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲੇ ਨਹੀਂ, ਉਹ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲੇ ਨਹੀਂ, ਇਸ ਟਾਈਮ ਚ ਟੱਬਰ ਪਾਲਣਾ ਹਾਂ, ਉਹ ਗੁੱਡੇ ਗੁੱਡੀਆਂ ਦਾ ਖੇਲ ਨਹੀਂ, ਹੋਏ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲੇ ਨਹੀਂ, ਉਹ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲੇ ਨਹੀਂ। ਚੰਗਾ ਭਲਾ ਸੀ ਕਾਲਜ ਪੜ੍ਹਦਾ, ਉਹ ਕੀਤੀ ਗਲਤੀ ਤੇ ਨਾ ਕੱਟਤਾ, ਚੰਡੀਗੜ੍ਹ ਦੀ ਨਖਰੋਹ ਨੇ ਉਹ ਮੁੰਡਾ ਮਿਸ਼ਰੀ ਦੇ ਵਾਂਗ ਚੱਟਤਾ, ਚੰਡੀਗੜ੍ਹ ਦੀ ਕੰਪਨੀ ਨੇ ਉਹ ਮੁੰਡਾ ਮਿਸ਼ਰੀ ਦੇ ਵਾਂਗ ਚੱਟਤਾ, ਉਦੋਂ ਚੜੀ ਸੀ ਜਵਾਨੀ ਅਥਰੀ, ਉਹ ਜਿਹੜੀ ਕਿਸੇ ਦੀ ਦੁਬੇਲ ਨਹੀਂ, ਹੋਏ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲ ਨਹੀਂ, ਉਹ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲ ਨਹੀਂ। ਉਹ ਇੱਕ ਗਾਉਣ ਦਾ ਇਹ ਸ਼ੌਂਕ ਰੱਖਦਾ, ਉਹ ਗੁਰੂ ਮਿਲ ਜਿਹਤਾਂ ਦੇ ਵੇ ਸਿੱਖਿਆ, ਪਿੰਡ ਰਾਮਕੋਟ ਵਾਲੇ ਰਾਮ ਨੇ ਜੋ ਵੀ ਲਿਖਿਆ ਹੈ ਸੱਚ ਲਿਖਿਆ, ਉਹ ਜੁੱਤੀ ਲੈਣੀ ਸੀ ਸਕੀਮਾਂ ਕਰਦਾ, ਲੱਗੀ ਹੱਟੀਆਂ ਤੇ ਸੇਲ ਨਹੀਂ, ਹੋਏ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲ ਨਹੀਂ, ਉਹ ਮੁੰਡਾ ਨੱਪ ਲਿਆ ਕਬੀਲਦਾਰੀ ਨੇ, ਹੁਣ ਕੰਮ ਤੋਂ ਹੀ ਵਿਹਲ ਨਹੀਂ। ਸਾਡੇ ਰਾਮ ਸਿੰਘ ਰਾਮਕੋਟੀਆ ਸਾਡੇ ਖੇਤ ਵਿੱਚ ਸਾਡੇ ਕੋਲ ਡਰਾਈਵਰੀ ਵੀ ਕਰਦਾ ਹੈ ਅਤੇ ਖੇਤ ਦਾ ਕੰਮ ਵੀ ਕਰਦਾ ਹੈ, ਪਰ ਇਹਦੇ ਨਾਲ ਆ ਝੂਠੀ ਕੰਪਨੀ ਵਾਲਿਆਂ ਜਿਹੜੇ ਨੇ ਚੰਡੀਗੜ੍ਹ ਵਾਲਿਆਂ ਨੇ ਆ ਕੇ ਉਹ ਠੱਗੀ ਕੀਤੀ, 8-10 ਮਹੀਨੇ ਇਹਨੂੰ ਵਿਚਾਰੇ ਨੂੰ ਖਰਾਬ ਕੀਤਾ, ਸਾਡੇ ਕੰਮੋਂ ਵੀ ਗਿਆ ਅਤੇ ਨਾਲੇ ਵਿਚਾਰਾ ਜਵਾਕ ਜਿਹੜੇ ਪਾਲਣੇ ਸੀ ਔਖਾ ਹੋ ਗਿਆ, ਉਹਨਾਂ ਨੇ ਇਹਨੂੰ 8 ਮਹੀਨਿਆਂ ਦੇ ਵਿੱਚ 20,000 ਰੁਪਇਆ ਸਾਰਾ ਦਿੱਤਾ, ਔਰ ਇਹਦੇ ਕੋਲ ਐਗਰੀਗਰੀਮੈਂਟ ਪਤਾ ਨਹੀਂ ਕੀ ਸਾਈਨ ਕਰਾਏ ਹੈ, ਇਹਨੂੰ ਰੋਜ਼ 2,00,000 ਰੁਪਈਏ ਦਾ ਕੰਮ ਵਿਚਾਰੇ ਅਰਜ ਕਰਕੇ ਅਤੇ 20,000 ਰੁਪਈਆ ਦਿੱਤਾ, ਅਤੇ ਨਾਲੇ ਰੋਜ਼ ਪਤਾ ਨਹੀਂ ਕੀ ਖਾਲੀ ਕਾਗਜ਼ਾਂ ਦੇ ਸਾਈਨ ਕਰਾ ਲਏ, ਰੋਜ਼ ਡਰਾਉਂਦੇ ਆ, ਤਬਕੇ ਮਾਰਦੇ ਆ। ਅਸੀਂ ਇਹਨੂੰ ਕਈ ਵਾਰੀ ਕਿਹਾ ਵੀ ਤੂੰ ਸਾਨੂੰ ਦੱਸ ਉਹਨਾਂ ਦਾ ਮਾੜਾ ਮੋਟਾ ਪਤਾ ਠਿਕਾਣਾ ਦੱਸ, ਇੱਥੇ ਫਾਇਲ ਕਾ ਨਾ ਸੱਦ ਲਈਏ, ਉਹ ਮਿੰਤਾ ਨਾ ਕਰਨ ਤਾਂ ਕਹਿ ਦੀ ਫਿਟੇ ਨੂੰ ਦੱਸਦਾ ਨਹੀਂ, ਇਹਨੂੰ ਸੇਠ ਸਾਹਿਬ ਨੂੰ ਠੀਕ ਹੈ ਨਾ, ਇਹ ਸਾਨੂੰ ਦੱਸੇ ਇੱਥੋਂ ਇੱਥੋਂ ਪਾਵਾਂਗੇ SSB ਸਾਹਿਬ ਕੋਲ ਇੱਕ ਐਪਲੀਕੇਸ਼ਨ ਅਤੇ ਨਾਲ ਦੀ ਨਾਲ ਫਾਇਲ ਕਾ ਸੱਦ ਲਾਂਗੇ ਜਿਹਨਾਂ ਨੇ ਐਗਰੀਮੈਂਟ ਦੇ ਖਾਲੀ ਸਾਈਨ ਕਰਾਏ ਗਰੀਬ ਕੋਲੋਂ, ਪਰ ਇਹ ਦੱਸੇ ਧੋਖੇ ਨਾ ਕਰਾਏ। ਤੇ ਪਿੰਡ ਦੇ ਵਿੱਚ ਪ੍ਰੋਗਰਾਮ ਕੀਤਾ ਇਹਦੇ 48,000 ਰੁਪਇਆ ਇਕੱਠਾ ਹੋਇਆ, ਇਹਦੇ ਨਾਲ ਐਗਰੀਮੈਂਟ ਸੀ ਵੀ 60-40 ਦੇ ਰੇਸ਼ੋ ਨਾਲ ਤੁਹਾਨੂੰ ਪੈਸੇ 40% ਤੇਰੇ ਅਤੇ 60% ਸਾਡੇ, ਅਤੇ ਉਹ 48,000 ਜੇ ਇੱਕ ਰੁਪਈਆ ਨਹੀਂ ਦਿੱਤਾ ਗਰੀਬ ਨੂੰ ਇਹਨਾਂ ਨੇ, ਅਤੇ ਬਾਹਰ ਜਿੰਨੇ ਫੰਕਸ਼ਨ ਕੀਤੇ ਇਹ ਪੈਦਲ ਟੁਰ ਕੇ ਆਉਂਦਾ ਸੀ, ਉਹ ਸਾਰੇ ਰੁਪਈਏ ਲੈ ਕੇ ਚਲੇ ਜਾਂਦੇ ਸੀ ਗੱਡੀਆਂ 'ਚ ਜਾਂਦੇ ਸੀ, ਅਤੇ ਇਹਦੇ ਨਾਲ ਠੱਗੀ ਕੀਤੀ ਹੈ, ਇਹਦੇ ਨਾਲ ਬਹੁਤ ਨਜਾਇਜ਼ ਕੀਤੀ ਹੈ, ਅਤੇ ਜੇ ਮੇਰੀ ਗੱਲ ਉਹਨਾਂ ਦੇ ਕੰਨ ਤਾਈਂ ਪਹੁੰਚਦੀ ਹੈ ਤਾਂ ਉਹ ਇਸ ਸਮੇਂ ਲੈਣਾ ਵੀ ਅੱਜ ਤੋਂ ਬਾਅਦ ਜੇ ਇਹਨੂੰ ਕੋਈ ਧਮਕੀ ਸ਼ਮਕੀ ਦਿੱਤੀ ਤਾਂ ਫਾਇਲ ਕਾ ਲਿਆ ਕੇ ਅਤੇ ਲੰਮੇ ਪਾ ਕੇ ਕੁਟਾਵਾਂਗੇ, ਇਹ ਹਿਸਾਬ ਲਾ ਲੈਣ ਵਾਲਾ। ਸੱਚਾ ਜੀ ਸੱਚਾ, ਸਹੀ ਗੱਲ, ਬਸ ਮੈਂ ਇਸ ਤੋਂ ਬਾਅਦ ਕੋਈ ਨਹੀਂ ਕਹਿਣਾ ਚਾਹੁੰਦਾ, ਆ ਯੂਟਿਊਬ ਨਾਲ ਪਹੁੰਚ ਜਾਊਗਾ ਉਹਨਾਂ ਦੇ ਕੋਲ, ਅਤੇ ਜੇ ਉਹਨਾਂ ਦੇ ਅਜੇ ਉਹਨਾਂ ਦੇ ਕੋਈ ਖੁਰਖਰਕ ਹੁੰਦੀ ਤਾਂ ਮੁੜ ਕੇ ਇਹ ਗੱਲ ਕਰਨਗੇ, ਅਤੇ ਅਸੀਂ ਇੱਥੇ ਖੁਰਖਰਕ ਪੱਟੀ ਕਰਦੇ ਹਾਂ।